ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੀ ਘਈ ਭੱਤੇ ਦੀ ਮਹਿੰਗਾਈ ਰਾਹਤ ਨੂੰ 4% ਦੀ ਵਾਧਾ ਦਾ ਫੈਸਲਾ ਕੀਤਾ ਹੈ ਇਸ ਦਾ ਸਿੱਧਾ ਲਾਭ ਸੂਬੇ ਦੇ 6.5 ਲੱਖ ਮੁਲਾਜ਼ਮਾਂ ਤੇ ਪਵੇਗਾ ਇਸ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਲਿਖਿਆ ਕਿ ਦੀਵਾਲੀ ਦੇ ਮੌਕੇ ਮੁਲਾਜ਼ਮਾਂ ਨੂੰ ਮੇਰੇ ਇਕਲੋਕ ਛੋਟਾ ਜਿਹਾਂ ਧੂਪਾ ਇੱਕ ਨੰਬਰ 2024 ਤੋਂ ਸਰਕਾਰੀ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹੀਆ 23 ਮਹੀਆ ਰਾਹਤ 10000 ਰੁਪਏ ਦੀ ਕਰਨ ਦਾ ਫੈਸਲਾ ਕੀਤਾ ਹੈ ਇਸ ਨਾਲ ਸੂਬੇ ਦੇ 6.50 ਲੱਖ ਤੋਂ ਵੱਧ ਮਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਅਕਾਲੀ ਆਗੂ ਵਿਕਰਮਜੀਤਿਆ ਨੂੰ ਕੋਰਟ ਨੇ ਝਾੜ ਪਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ OSD ਖਿਲਾਫ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਹੈ ਕੋਰਟ ਨੇ ਵਿਕਰਮਜੀਤਿਆ ਨੂੰ ਸਾਰੇ ਜਨਤਕ ਪਲੇਟਫਾਰਮਾਂ ਤੇ ਰਾਜਵੀਰ ਸਿੰਘ ਦੇ ਖਿਲਾਫ ਬਿਆਨ ਦੇਣ ਤੇ ਤੁਰੰਤ ਰੋਕ ਲਗਾਈ ਹੈ ਨਾਲ ਹੀ ਕੋਰਟ ਨੇ ਵੀ ਮੰਨਿਆ ਹੈ ਕਿ ਰਾਜਵੀਰ ਸਿੰਘ ਦੀ ਅਕਸ ਨੂੰ ਨੁਕਸਾਨ ਪਹੁੰਚਿਆ ਹੈ ਪੰਜਾਬ ਦੇ ਵਿਪੰਤਰੀ ਭਗਵੰਤ ਮਾਨ ਦੇ ਉਸਟੀ ਰਾਜਵੀਰ ਸਿੰਘ ਨੇ ਸੀਨੀਅਰ ਅਕਾਲੀ ਆਗੂ ਵਿਕਰਮ ਜੀਠੀਆ ਨੂੰ ਇੱਕ ਲੀਗਲ ਨੋਟਿਸ ਭੇਜਿਆ ਸੀ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਵਿਕਰਮ ਜੀਠੀਆ ਨੇ ਉਹਨਾਂ ਖਿਲਾਫ ਸੋਸ਼ਲ ਮੀਡੀਆ ਤੇ ਜੋ ਬਿਆਨ ਦਿੱਤਾ ਹੈ ਉਹ ਪੂਰੀ ਤਰ੍ਹਾਂ ਗਲਤ ਹੈ ਇਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਉਹ ਜੇਹਾਨ ਨਹੀਂ ਕਰ ਦਿੱਤਾ ਉਹਨਾਂ ਨੂੰ ਕੋਰਟ ਵਿੱਚ ਇਸ ਗੱਲ ਨੂੰ ਸੱਚ ਸਾਬਤ ਕਰਕੇ ਦਿਖਾਉਣਾ ਪਵੇਗਾ ਉਹਨਾਂ ਨੂੰ ਲਿਖਤੀ ਰੂਪ ਵਿੱਚ ਮਾफी ਮੰਗਣ ਦੀ ਗੱਲ ਵੀ ਕਹੀ ਗਈ ਹੈ ਪੰਜਾਬ 'ਚ ਕਿਸਾਨਾਂ ਆੜਤੀਆਂ ਤੇ ਸ਼ੈਨਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਰਾਓ ਕੀਤਾ ਗਿਆ ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਟਿੰਗ ਤੇ ਪਾਣੀ ਦੀਆਂ ਪੁਛਾੜਾਂ ਮਾਰੀ ਗਈਆਂ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪੱਗ ਲੱਗ ਗਈ ਅਤੇ ਕਈ ਵਰਕਰ ਪਾਣੀ ਤੇਜ਼ ਬਿਛਾੜੇ ਹੇਠਾਂ ਗਏ ਮੀਡੀਆ ਨੇ ਗਲਤ ਕਰਦੇ ਹਰਜੋਤ ਬੈਂਸਨੀ ਕੇ ਇੱਕ ਹੀ ਕੇਂਦਰ ਸਰਕਾਰ ਦੀ ਨੀਤੀ ਬਦਲਾਖੋਰੀ ਵਾਲੀ ਹੈ ਭਾਜਪਾ ਕਿਸਾਨ ਅੰਦੋਲਨ ਦਾ ਬਦਲਾ ਕਿਸ ਹੁਣ ਕਿਸਾਨਾਂ ਤੋਂ ਲੈ ਰਹੀ ਹੈ ਉਧਰ ਇਸ ਸੰਬੰਧੀ ਬੋਲਦਿਆ ਕੇਂਦਰੀ ਰਾਜ ਮੰਤਰੀ ਰਵਣਿਤ ਬਿੱਟੂ ਨੇ ਕਿਹਾ ਹੈ ਕਿ ਆਵਾ ਦੀ ਪਾਰਟੀ ਦੇ ਵਿਧਾਇਕ ਮੰਤਰੀ ਤੇ ਮੁੱਖ ਮੰਤਰੀ ਆਪਣੀ ناکامی ਦਾ ਠੇਕਰਾ ਭਾਜਪਾ ਦੇ ਸਿਰ ਪਨ ਰਹੇ ਹਨ ਜਦੋਂ ਮੰਡੀਏ ਚ ਪ੍ਰਬੰਧ ਕਰਨ ਦਾ ਵੇਲਾ ਸੀ ਤਾਂ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ ਅੱਜ ਆਪਣਾ ਬਚਾਓ ਕਰਨ ਲਈ ਭਾਜਪਾ ਦੇ ਦਫ਼ਤਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੇਖੋ ਜੋ ਡਰਾਮਾ ਜੋ ਤਮਾਸ਼ਾ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਇਹਨਾਂ ਦੇ ਮੰਤਰੀ ਇਹਨਾਂ ਦੇ ਮੁੱਖ ਮੰਤਰੀ ਨੇ ਜੋ ਤਮਾਸ਼ਾ ਬਣਾਇਆ ਹੋਇਆ ਕਦੇ ਨਹੀਂ ਇਹ ਹੋਇਆ ਸੀ ਹੁਣ ਕੀ ਕਰ ਰਹੇ ਆ ਬੀਜੇਪੀ ਦੀ ਪਿੱਠ ਪਿੱਛੇ ਲੁਕਣ ਲੱਗੇ ਆ ਕੇ ਆਪਣੀਆਂ ਕਮਜ਼ੋਰੀਆਂ ਗਲਤੀਆਂ ਕਰਨ ਚੰਗਾ ਹੁੰਦਾ ਭਗਵੰਤ ਮਾਨ ਸਾਹਿਬ ਆਪਣੇ ਮੰਤਰੀਆਂ ਨੂੰ ਤੁਸੀਂ ਆਪਣੇ ਐਮਐਲਏ ਨੂੰ ਅੱਜ ਬੀਜੇਪੀ ਦਫ਼ਤਰ ਤੁਸੀਂ ਘਰੌਕ ਕਰਨ ਦੀ ਗੱਲ ਚੰਡੀਗੜ੍ਹ ਆ ਰਹੇ ਹੋ ਇਹ ਟਾਈਮ ਜੇ ਤੁਸੀਂ ਮੰਡੀਆਂ ਚ ਲਾਉਂਦੇ ਕੱਲੇ-ਕੱਲੇ ਮੰਡੀ ਚ ਮੰਤਰੀ ਚਾਰ-ਚਾਰ ਪੰਜ-ਪੰਜ ਥਾਂ ਜਾਂਦੇ ਤੁਹਾਡੇ ਡੀਸੀ ਤੁਹਾਡੇ ਆਫੀਸਰ ਤੁਹਾਡੇ ਐਮਐਲਏ ਤੁਸੀਂ ਜਾਂਦੇ ਤੁਸੀਂ ਇਹ ਵਕਤ ਜਾਇਆ ਕਰਨ ਲੱਗੇ ਹੋਏ ਚੰਡੀਗੜ੍ਹ ਆ ਕੇ ਪਹਿਲਾਂ ਤੁਸੀਂ ਵਕਤ ਜਾਇਆ ਕਰ ਰਹੇ ਹੋ ਸਾਰੇ ਕੇਜਰੀਵਾਲ ਦੇ ਕੋਲ ਆ ਕੇ ਮੀਟਿੰਗਾਂ ਦਿੱਲੀ ਕਰ ਰਹੇ ਹੋ ਉਹਨੂੰ ਸ਼ੀਸ਼ਮੈਨ ਦੁਆਰਾ ਕਿਵੇਂ ਮਿਲੇ ਤੁਹਾਡੀ ਕੋਈ ਸੀਰੀਅਸਨੈਸ ਨਹੀਂ ਕਿਸਾਨ ਨੂੰ ਕੋਈ ਮਤਲਬ ਨਹੀਂ ਸ਼ੈੱਲਰ ਵਾਲਾ ਕੀ ਕਰ ਰਿਹਾ ਕਿਸਾਨ ਨੂੰ ਕੋਈ ਮਤਲਬ ਨਹੀਂ ਅੜਤੀਆ ਕੀ ਕਰ ਰਿਹਾ ਕਿਸਾਨ ਨੂੰ ਕੋਈ ਮਤਲਬ ਨਹੀਂ ਕੇਂਦਰ ਦੀ ਸਰਕਾਰ ਜਾਂ ਸੂਬੇ ਦੀ ਸਰਕਾਰ ਕਿਸਾਨ ਦੀ ਦੀਵਾਲੀ ਸਾਰੇ ਤਿਉਹਾਰ ਸਭ ਕੁਝ ਉਹਦਾ ਆ ਫਸਲ ਤੇ ਨਿਰਭਰ ਆ ਤੁਸੀਂ 44000 ਕਰੋੜ ਰੁਪਇਆ ਤੁਹਾਡੇ ਜੇਬ ਚ ਪਾਇਆ ਹੋਇਆ ਪੰਜਾਬ ਸਰਕਾਰ ਤੇ ਤੁਸੀਂ ਉਹ 44000 ਕਰੋੜ ਰੁਪਇਆ ਲੋਕਾਂ ਤੱਕ ਕਿਸਾਨਾਂ ਤੱਕ ਪਹੁੰਚਾ ਦਿਓ ਕਿਉਂ ਖੂਨ ਚੂਸਣ ਲੱਗੇ ਹੋ ਤੁਸੀਂ ਉਹਨਾਂ ਦਾ ਕਿਉਂ ਤੁਸੀਂ ਮੈਂ ਹੈਰਾਨ ਆਂਕੜੇ ਮਹਗਾ ਮਗਾ ਥੱਕ ਗਏ ਅੰਕੜੇ ਮਹਗਾ ਮਗਾ ਥੱਕ ਗਏ ਤੁਸੀਂ ਬਹਾਨੇ ਲਾਈ ਜਾਂਦੇ ਹੋ ਮੈਨੂੰ ਦੱਸੋ ਲਿਫਟਿੰਗ ਤੁਹਾਡੀ ਨਾਲ ਮੰਡੀ ਦੀ ਲਿਫਟਿੰਗ ਨਾਲ ਇੱਕ ਪੈੜੀ ਜਿਹੜਾ ਰਾਈਸ ਆ ਉਹਦੀ ਲਿਫਟਿੰਗ ਨਾਲ ਤੁਹਾਡਾ ਕੀ ਸੰਬੰਧ ਆ ਭਾਈ ਉਹ ਗਦਾਮਾਂ ਦੇ ਅੰਦਰ ਪਿਆ ਏ ਪਿਆ ਵੀ ਅਜੇ ਮੈਂ ਕਹਿੰਨਾ ਪਿਆ ਏ ਪਰ ਉਹਦੇ ਨਾਲ ਇਹਦਾ ਕੀ ਸੰਬੰਧ ਆ ਕਿਉਂ ਤੁਸੀਂ ਬੇਫਕੂ ਬਣਾਉਣ ਲੱਗਿਓ ਕਿਸਾਨ ਨੂੰ ਰਾਈਸ ਜਿਹੜਾ ਬਣਿਆ ਪਿਆ ਉਹ ਪਿਆ ਰਹੇ ਉਹ ਜ਼ਿੰਮੇਵਾਰੀ ਮੈਂ ਤੁਹਾਨੂੰ ਕਹਤਾ ਵੀ ਉਹ ਐਫਸੀਆਈ ਦਾ ਆ ਏ ਅਸੀਂ ਉਹਦੇ ਪੈਸੇ ਪਹਿਲਾਂ ਦਿੱਤੇ ਹੋਏ ਆ ਉਹ ਪਿਆ ਨਹੀਂ ਪਿਆ ਉਹਦਾ ਕੁਝ ਹੋ ਵੀ ਤੁਹਾਨੂੰ ਕੀ ਲੈਣਾ ਦੇਣਾ ਤੁਸੀਂ ਜਿਹੜੀ ਨਮੀ ਖਰੀਦ 44000 ਕਰੋੜ ਦੀ ਉਹ ਕਰੋ ਅੱਜ ਜਿਹੜੀ ਜਿਹੜਾ ਹਾਲਾਤ ਆ ਮੰਡੀਆਂ 'ਚ ਤੁਸੀਂ ਹਜੇ ਕੁੱਲ 10% ਫਸਲ ਖਰੀਦ ਸਕੇ ਹੋ ਕਿਉਂ ਤੁਸੀਂ ਬਦਲੇ ਲੈ ਰਹੇ ਹੋ ਮੈਂ ਹੈਰਾਨ ਆ ਇਸ ਗੱਲ ਦੇ ਬੀਜੇਪੀ ਦੇ ਧਰਨਾ ਦੇਣ ਜਿੰਨਾ ਮਰਜ਼ੀ ਧਰਨਾ ਦੋ ਪਰ ਜਿਹੜਾ 44000 ਕਰੋੜ ਰੁਪਇਆ ਕਿਸਾਨਾਂ ਦਾ ਏ ਉਹਨਾਂ ਦਾ ਪੈਸਾ ਇਹ ਜਿਹੜਾ ਸੈਂਟਰ ਸਰਕਾਰ ਨੇ ਭੇਜਿਆ ਉਹਨਾਂ ਦਾ ਪੈਸਾ ਉਹ ਦੋ ਉਹ ਤੁਸੀਂ ਕਹਿੰਦੇ ਹੋ ਖਜ਼ਾਨੇ ਦੀ ਗੱਲ ਕਰਦੇ ਹੋ ਕੀ ਸਰਕਾਰਾਂ ਵਾਲੀ ਗੱਲ ਕਿੱਡੀ ਕੁ ਹੁੰਦੀ ਆ ਇਹ ਇਸ ਕਰਕੇ ਰੱਬ ਦੇ ਵਾਸਤੇ ਬੀਜੇਪੀ ਦੇ ਮੁੱਛੇ ਤਾਲੇ ਪਾਰਟੀਆਂ ਨਹੀਂ ਗੱਲ ਕਰਦੀਆਂ ਇੱਕ ਦੂਜੇ ਨਾਲ ਸਰਕਾਰਾਂ ਗੱਲ ਕਰਦੀਆਂ ਨੇ ਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਇੱਕ ਵੀ ਮੰਡੀ 'ਚ ਇੱਕ ਵੀ ਮੰਡੀ 'ਚ ਤੁਹਾਡੇ ਮੁੱਖ ਮੰਤਰੀ ਤੁਹਾਡੇ ਹੋਰ ਸੀਨੀਅਰ ਅਫੀਸਰ ਤੁਹਾਡੇ ਜਿਹੜੇ ਵੱਡੇ ਵੱਡੇ ਦਿੱਲੀ ਦੇ ਲੀਡਰ ਇੱਕ ਵੀ ਮੰਡੀ 'ਚ ਨਹੀਂ ਗਏ ਜੇ ਉਹਨਾਂ ਦਾ ਕਸੂਰ ਨਹੀਂ ਉਹ ਕਿਉਂ ਲੁਕੇ ਹੋਏ ਨੇ ਬੀਜੇਪੀ ਤਾਂ ਰੋਜ਼ ਮੰਡੀਆਂ 'ਚ ਜਾ ਰਹੀ ਹੈ ਰੋਜ਼ ਉੱਥੇ ਚੈੱਕ ਕਰ ਰਹੇ ਮੈਂ ਹੈਰਾਨ ਹੋ ਗਿਆ ਤੁਹਾਡੇ ਤੇ ਇੰਨੇ ਇਮਚਿਹੋਰ ਨਿਕਲੋਗੇ ਤੁਸੀਂ ਇੰਨੇ ਤੁਸੀਂ ਮੈਂ ਸਮਝਦਾ ਜਵਾਕਾਂ ਵਾਲਾ ਕੰਮ ਕਰੋਗੇ ਇਹ ਸੋਚਿਆ ਨਹੀਂ ਸੀ ਕਦੇ ਵੀ ਤੁਸੀਂ ਐਡੀ ਸੀਰੀਅਸ ਇਸ਼ੂ ਨੂੰ ਤੁਸੀਂ ਬਿਲਕੁਲ ਫੇਲ ਹੋ ਗਏ ਹੋ ਅੱਜ ਤੁਸੀਂ ਤੁਸੀਂ ਬੀਜੇਪੀ ਤੇ ਜਾਂ ਕੇਂਦਰ ਤੇ ਕਿਵੇਂ ਜ਼ਿੰਮੇਵਾਰੀ ਦੇ ਕੇ ਬਚ ਸਕਦੇ ਹੋ ਫਿਰ ਤੁਸੀਂ ਕੀ ਕਰ ਰਹੇ ਹੋ ਜੇ ਤੁਹਾਡੇ ਪੱਲੇ ਹੈ ਹੀ ਨਹੀਂ ਕੁਝ ਜੇ ਤੁਸੀਂ ਕੇਂਦਰ ਤੇ ਸਿੱਟਣਾ ਫਿਰ ਛੱਡ ਦਿਓ ਨਾ ਫਿਰ ਕੇਂਦਰ ਤੇ ਛੱਡ ਦਿਓ ਕਦੇ ਪ੍ਰਾਣੀਆ ਗੱਲਾਂ ਜੀ ਅਸੀਂ ਉਹ ਜਿਹੜੇ ਐਜੀਟੇਸ਼ਨ ਨੂੰ 2 ਤੋਂ 3 ਸਾਲ ਹੋ ਕੇ ਉਦੋਂ ਪਹਿਲਾਂ ਸਾਰੀਆਂ ਫਸਲਾਂ ਖਰੀਦੀਆਂ ਗਈਆਂ ਇਹ ਕਦੇ ਸਾਇਦ ਹੁਣ ਮੈਨੂੰ ਪਤਾ ਹੁਣ ਗੱਲ ਅਡਾਨੀ ਅਮਾਨੀ ਸਹਿਲੋ ਉੱਤੇ ਆ ਕੇ ਇੱਕ ਬਹਾਨਾ ਇਹਨਾਂ ਦੇ ਕੋਲ ਹੈਗਾ ਹੋਰ ਇਹਨਾਂ ਕੋਲ ਕੁਝ ਨਹੀਂ ਇਸ ਕਰਕੇ ਰੱਬ ਦੇ ਬਾਸਤੇ ਭਗਵੰਤਪານ ਸਾਹਿਬ ਥੋਡੇ ਤੇ ਪੰਜਾਬ ਨੇ ਭਰੋਸਾ ਕੀਤਾ ਪੰਜਾਬ ਨੇ ਤੁਹਾਡੀ ਸਰਕਾਰ ਬਣਾਈ ਆ ਤੇ 92 ਤੋਂਤੇ ਐਮਐਲਏ ਦਿੱਤੇ ਆ ਰਿਕਾਰਡ ਤੋੜ ਭੂ ਲੋਕਾਂ ਲੋਕ ਤਾਂ ਆਪਣੇ ਦੇਸ਼ ਆਪਣੇ ਪੰਜਾਬ ਪਿੱਛੇ ਜਾਨਣਾ ਦੇਗੇ ਤੁਸੀਂ ਕਿੱਧਰ ਲੁਕੇ ਹੋਏ ਹੋ ਕਿੱਧਰ ਨਿਕਲੋ ਬਾਹਰ ਇਸ ਕਰਕੇ ਬੀਜੇਪੀ ਦਾ ਜੇ ਤੁਹਾਡਾ ਘਰੋ ਕਰਕੇ ਤੁਹਾਡਾ ਕੋਈ ਫਾਇਦਾ ਹੁੰਦਾ ਤਾਂ ਤੁਸੀਂ ਰੋਜ਼ ਕਰੋ ਪਰ ਇਹਦੇ ਨਾਲ ਫਾਇਦਾ ਨਹੀਂ ਹੋਣਾ ਤੁਸੀਂ ਪਿੱਠ ਪਿੱਛੇ ਲੁਕ ਕੇ ਫੁੱਡਾ ਗੁਜ਼ਾਰਾ ਨਹੀਂ ਜਿੰਨਾ ਚਿਰ ਬਾਹਰ ਨਹੀਂ ਨਿਕਲੋਂਗੇ ਇਸੇ ਤਰੀਕੇ ਨਾਲ ਹਾਲਾਤ ਨੇ ਜਿਹੜੇ ਹੋਰ ਬੱਦਤਰ ਹੋ ਜਾਣਗੇ ਧੰਨਵਾਦ ਭਾਰਤ ਤੇ ਕੈਨੇਡਾ ਵਿਚਾਲੇ ਇੱਕ ਪਾਸੇ ਜਿੱਥੇ ਸਬੰਧ ਤਣਾਪੁਰ ਬਣੇ ਹੋਏ ਹਨ ਉੱਥੇ ਹੁਣ ਖਬਰ ਆਈ ਹੈ ਕਿ ਕੈਨੇਡਾ ਵਿੱਚ ਦੀਵਾਲੀ ਦੇ ਜਸ਼ਨ ਤੇ ਰੋਕ ਲਗਾ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਅਤੇ ਕੰਜ਼ਰਵੇਟਿਵ ਪਾਰਟੀ ਨੇ 2024 ਦੀਵਾਲੀ ਦੇ ਜਸ਼ਨ ਨੂੰ ਰੱਤ ਕਰ ਦਿੱਤਾ ਹੈ ਜਿਸ ਨਾਲ ਹਿੰਦੂ ਸਿੱਖ ਅਤੇ ਹੋਰ ਭਾਈਚਾਰਿਆਂ ਵਿੱਚ ਨਾਰਾਜ਼ਗੀ ਹੈ ਕੈਨੇਡਾ ਵਿੱਚ ਹਿੰਦੂ ਫੋਰਸ ਨੇ ਕਿਹਾ ਕਿ ਇਹ ਫੈਸਲਾ ਕੈਨੇਡਾ ਦੇ ਵਿਭਿੰਨ ਸਭਿਆਚਾਰ ਭਾਈਚਾਰਿਆਂ ਪ੍ਰਤੀ ਅਸਵੇਦਨਸ਼ੀਲਤਾ ਦਾ ਪ੍ਰਤੀਕ ਹੈ ਆਉਣ ਵਾਲੀਆਂ ਚੋਣਾਂ ਵਿੱਚ ਭਾਈਚਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸਹੀ ਆਗੂ ਚੋਣ ਕਰਨ ਦੀ ਲੋੜ ਹੈ ਹਿੰਦੂ ਫੋਰਸ ਨੇ ਵਿਰੋਧਿਤ ਤੇ ਦਿੱਲੀਤਾ ਪੀਰ ਪੋਲੀਵਾਰ ਅਤੇ ਕੰਜ਼ਰਵੇਟਿਵ ਪਾਰਟੀ ਦੇ ਫੈਸਲੇ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿ ਹੈ ਕਿ ਵਿਸ਼ਵ ਪੱਧਰ ਤੇ ਏਕਤਾ ਤੇ ਰੋਸ਼ਨੀ ਦਾ ਤਿਹਾਰ ਮੰਨੀ ਜਾਂਦੀ ਦੀਵਾਲੀ ਦੇ ਤਿਹਾਰ ਨੂੰ ਰੱਤ ਕਰਨਾ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਛੱਡਣ ਦੇ ਬਰਾਬਰ ਹੈ ਕੈਨੇਡੀਅਨ ਹਿੰਦੂ ਫੋਰਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਵੀ ਇਸ ਤਿਹਾਰ ਦਾ ਸਮਰਥਨ ਕੀਤਾ ਫਿਰ ਵੀ ਸੀਪੀਸੀ ਨੇਤਾ ਨੇ ਕੈਨੇਡੀਅਨ ਹਿੰਦੂ ਸਿੱਖਾਂ ਅਤੇ ਹੋਰ ਭਾਈਚਾਰਿਆਂ ਪ੍ਰਤੀ ਅਣਦੇਖੀ ਦਿਖਾਈ ਹੈ ਕੈਨੇਡੀਅਨ ਹਿੰਦੂ ਫੋਰਸ ਨੇ ਕਿਹਾ ਕਿ ਇਹ ਫੈਸਲਾ ਸਿਆਸੀ ਤੌਰ ਤੇ ਪ੍ਰੇਿਤ ਤੁਸ਼ਟੀਕਰਨ ਦਾ ਨਤੀਜਾ ਹੈ ਜੋ ਕੈਨੇਡੀਅਨ ਸਮਾਜ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਨਜ਼ਰਅੰਦਾਜ਼ ਕਰਦਾ ਹੈ ਹਿੰਦੂ ਸਿੱਖ ਬੋਧੀ ਜੈਨ ਭਾਈਚਾਰਿਆਂ ਨੂੰ ਸਿਆਸੀ ਤੌਰ ਤੇ ਵੱਖਰਾ ਰੱਖਣਾ ਇਸ ਫੈਸਲੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਲਗਭਗ 2.5 ਮਿਲੀਅਨ ਦੀ ਆਬਾਦੀ ਵਾਲੇ ਭਾਈਚਾਰੇ ਕੈਨੇਡੀਅਨ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਵਿਗਿਆਨ ਸਿੱਖਿਆ ਆਦਿ ਦੇ ਖੇਤਰਾਂ ਵਿੱਚ ਅਮੁੱਲ ਯੋਗਦਾਨ ਪਾ ਰਹੇ ਹਨ ਹਿੰਦੂ ਫੋਰਸ ਨੇ ਇਹਨਾਂ ਪਾਈਚਾਰਾਂ ਪ੍ਰਤੀ ਸਤਕਾਰ ਦੀ ਘਾਟ ਨੂੰ ਕਨੇਡਾ ਲਈ ਕਮਜ਼ੋਰ ਪੁਆਇੰਟ ਦੱਸਿਆ ਇਸ ਦੇ ਨਾਲ ਇੱਕ ਕਨੇਡੀਅਨ ਹਿੰਦੂ ਫੋਰਸ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਹ ਜ਼ਰੂਰੀ ਹੈ ਕਿ ਇਹ ਪਾਈਚਾਰਾ ਇਕੱਠੇ ਹੋ ਕੇ ਆਪਣੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਲਈ ਆਵਾਜ਼ ਉਠਾਉਣ ਵਿਰੋਧੀ ਧਿਰ ਦੇ ਨੇਤਾ ਦਾ ਇਹ ਫੈਸਲਾ ਉਸ ਦੀ ਭਵਿੱਖੀ ਸਿਆਸੀ ਰਣਨੀਤੀ ਲਈ ਚਿੰਤਾ ਦਾ ਵਿਸ਼ਾ ਹੈ ਚੋਣਾਂ ਵਿੱਚ ਅਜਿਹੇ ਆਗੂ ਚੁਣੇ ਜਾਣੇ ਚਾਹੀਦੇ ਹਨ ਜੋ ਸੱਚੇ ਦਿਲੋਂ ਸਰਕਾਰ ਅਤੇ ਸਮੂਲੀਏ ਦਾ ਸਮਰਥਨ ਕਰਦੇ ਹੋਣ ਅਦੇ ਹੁਣ ਕੈਨੇਡਾ ਵਿੱਚ ਦੀਵਾਲੀ ਦੇ ਜਸ਼ਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰ ਫੋਲੀਵਰ ਅਤੇ ਕੰਜ਼ਰਵੇਟਿਵ ਪਾਰਟੀ ਨੇ 2024 ਦੀਵਾਲੀ ਦੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਹੈ